चक्र चयन हर वर्ण जात हर पाद नो पर अचर मूर कान भाव प्रकाश मित्र कह कोट इंद्र इंद्राण साहे सहन गणच त्रिपवन महीप सुर नार्य सुर नेत नेत बन तृण कहत तो सर्वनाम कथ कवन कर्म नाम वर्णत सुमत सतनाम श्री वाहे गुरु साहिब जीओ भुजंग प्रयात छंद कटा सावणं जान श्यामं सहायं मणि नील नग्यं लखं शेष न्यायं कटा सावणं जान श्यामं सहायं मणि नील नग्यं लखं शेष न्यायं महासुंदर श्यामं महाअभिरामं महारूप रूपं महाकाम कामं फिर चक्र चौद हुवं पुरियं मध्यानं इसो कौन बीयं फिर आयसानं कहो कुंट कौन बिखे पाज बचे सवं शीष के संग श्री काल नाचे वाहिगुरु जी का खालसा वाहिगुरु जी की फतेह। सतगुरु गुरु गरीब नवाज छेवें पातशाह महाराज सतगुरु हरगोबिंद साहब जी के पावन स्थाना विखे दसां पातशाहियां की जोत धन श्री गुरु ग्रंथ साहिब महाराज सतगुरां के पावन चरणों च जुड़ करके आप जी नेता प्रति गुरबाणी के कीर्तन आसा दी वार भोग उपरंत महाराज की बाणी की लड़ी वार कथा विचार सरवण करते हो दसवें पातशाह श्री गुरु गोबिंद सिंह साहिब महाराज जी की बाणी विचित्र नाटक की कथा चल रही है। सतगुरु पातशाह जी के पावन प्रकरण जो काल पुरख जी की उस्तत वर्णन की है आओ मन वृत्तियां एकाग्र करिए। काल का स्वरूप सारे जगत के उत्ते किवें व्यापक है हाजरिया लाद्या हो रसना पवित्र करिए। सतनाम वाहे गुरु साहिब जी सतनाम वाहे गुरु साहिब जीओ वाहेगुरु जी। भुजंग प्रयात छंद कटा सावण जान श्यामं सहायं अकाल पुरख वाहेगुरु जी का जिहड़ा काल रूप है ऐसा पावन स्वरूप श्याम रंग वाला है जिस प्रकार सावण के महीने विच कटावां कालियां हो जांदियां उमड़ के आउंदियां ने इदां ही कालियां कटावां जैसा श्याम रूप परमेश्वर का सुभायमान हो रहा है। मणि नील नग्यं लखं शीष न्यायं जिस दे अगे मणियां नील नगां और कई हीरे मोतियां नाल जिन्हां दे सिर ते मुकट लगे हुए ने ਉਹ ਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਿਰ ਦਾ ਰੂਪ ਹੈ ਜਿਹਦੇ ਅੱਗੇ ਵੱਡੇ ਵੱਡੇ ਰਾਜੇ ਝੁੱਕ ਜਾਂਦੇ ਹਨ। ਮਹਾਂ ਸੁੰਦਰ ਸ਼ਿਆਮੰ ਮਹਾਂ ਅਭਿਰਾਮੰ ਮਹਾਨ ਸੁੰਦਰ ਸ਼ਿਆਮ ਰੂਪ ਪਰਮੇਸ਼ੁਰ ਹੈ ਅਤੇ ਬੜਾ ਸੁੰਦਰ ਅਭਿਰਾਮੰ ਸੋਹਣੇ ਰੂਪ ਵਾਲਾ ਹੈ। ਮਹਾਂ ਰੂਪ ਰੂਪੰ ਮਹਾਂ ਕਾਮ ਕਾਮੰ ਰੂਪ ਵਿੱਚੋਂ ਪਰਮਾਤਮਾ ਦਾ ਸਰੂਪ ਸਭ ਤੋਂ ਰੂਪ ਵਾਲਾ ਹੈ।
ਅਤੇ ਵੱਡੇ ਤੋਂ ਵੱਡੇ ਕਾਮ ਵੀ ਜਿਸ ਦੇ ਅਧੀਨ ਹੋ ਕਰਕੇ ਅਕਾਮ ਹੋ ਜਾਂਦਾ ਹੈ। ਕਾਮ ਦੇ ਵਿੱਚ ਵੀ ਜਿਹਨੂੰ ਵੇਖ ਕੇ ਤਾਕਤ ਨਹੀਂ ਰਹਿੰਦੀ, ਐਸਾ ਕਾਲ ਰੂਪ ਹੈ ਕਿ ਕਾਮ ਦੀ ਵਿਰਵਿਰਤੀ ਉੱਥੇ ਆ ਹੀ ਨਹੀਂ ਸਕਦੀ। ਜਦੋਂ ਜੰਗ ਦੇ ਮੈਦਾਨ ਦੇ ਵਿੱਚ ਮੌਤ ਸਿਰ 'ਤੇ ਹੋਵੇ, ਸਾਹਮਣੇ ਚੱਲਦੀਆਂ ਹੁਣ ਗੋਲੀਆਂ, ਤਾੜ ਤਾੜ ਚੱਲਦੀਆਂ ਗੋਲੀਆਂ ਦੇ ਵਿੱਚ ਜਿੱਥੇ ਮੌਤ ਦਾ ਡਰ ਹੈ, ਨੰਗੀ ਨੱਚਦੀ ਹੈ ਮੌਤ, ਆਪਣਾ ਤਾਂਡਵ ਵਿਖਾਉਂਦੀ ਹੈ, ਉਸ ਜੰਗ ਦੇ ਮੈਦਾਨ ਦੇ ਵਿੱਚ ਕਿਸੇ ਦੇ ਮਨ ਵਿੱਚ ਕੋਈ ਵੀ ਕਾਮਨਾ ਇੱਛਾ ਨਹੀਂ ਆ ਸਕਦੀ ਕਿ ਮੈਂ ਆਹ ਕਾਰਿਆ ਮੇਰਾ ਰਹਿੰਦਾ ਸੀ, ਮੈਂ ਇਹ ਬਣਾਉਣਾ ਹੈ। ਦੁਨੀਆਂ 'ਚ ਔਰ ਥਾਵਾਂ 'ਤੇ ਸੰਗਤ ਜੀ ਜਿੱਥੇ ਬੈਠੀਏ ਬੰਦਾ ਕਲਪਨਾ ਕਰਦਾ ਰਹਿੰਦਾ, ਹੁਣ ਮੈਂ ਇਹ ਕੰਮ ਕਰਾਂਗਾ, ਹੁਣ ਇਹ ਕਰਾਂਗੇ, ਪਰ ਜਿਸ ਸਮੇਂ ਸਾਹਮਣੇ ਮੌਤ ਖੜ੍ਹੀ ਹੋਵੇ ਨਾ, ਚਾਹੇ ਕੋਈ ਵੀ ਕਿਸੇ ਪ੍ਰਕਾਰ ਦੀ ਆਪਦਾ ਹੈ, ਪੀੜਾ ਹੈ, ਉਸ ਸਮੇਂ ਬੰਦੇ ਨੂੰ ਕਦੇ ਵੀ ਕੋਈ ਇੱਛਾ ਨਹੀਂ ਜਾਗਰਤ ਹੋ ਸਕਦੀ। ਇਸ ਕਰਕੇ ਕਾਲ ਜਿਹੜਾ ਹੈ ਉਹ ਕਾਮਨਾਵਾਂ ਇੱਛਾਵਾਂ ਦਾ ਅੰਤ ਕਰਨ ਵਾਲਾ, ਅਤੇ ਕਾਮਨਾ ਦੇ ਰੂਪ ਵਿੱਚ ਵੀ ਸੁੰਦਰ ਕਾਮਨਾਮ ਸੁੰਦਰ ਦਾ ਵੀ ਹੈ, ਸੋਹਣਿਆਂ 'ਚੋਂ ਸੋਹਣਾ ਰੂਪ ਹੈ ਕਾਲ ਦਾ। ਸ੍ਰੀ ਕਾਲ ਪੁਰਖ ਸਾਰੀ ਸ੍ਰਿਸ਼ਟੀ ਨੂੰ ਆਪਣੇ ਵੱਲ ਮੋਹਿਤ ਕਰਨ ਵਾਲਾ ਹੈ। ਫਿਰ ਹੈ ਚੱਕਰ ਚੌਧ ਹੂਵੰ ਪੁਰੀਯੰਗ ਮਧਿਆਹਣ, ਚੌਂ ਚੱਕਾਂ ਵਿੱਚ 14 ਪੁਰੀਆਂ ਦੇ ਵਿੱਚ ਕਾਲ ਫਿਰਦਾ ਹੈ, ਉਹਨਾਂ ਦੇ ਵਿੱਚ ਉਹਦਾ ਹੀ ਵਾਸਾ ਹੈ। ਇਸੋ ਕੌਣ ਬੀਯੰਗ ਫਿਰੈ ਆਏ ਸਾਣ, 14 ਲੋਕਾਂ ਵਿੱਚ ਕਾਲ ਦੇ ਸਾਹਮਣੇ ਕੌਣ ਹੈ, ਇਸੋ ਕੌਣ ਬੀਯੰਗ ਦੂਜਾ, ਐਸਾ ਦੂਜਾ ਕੌਣ ਹੈ ਜੋ ਉਹਦੀ ਆਗਿਆ ਨੂੰ ਮੇਟ ਸਕੇ। ਫਿਰੈ ਮੈਨੇ ਮੋੜ ਦੇਣਾ, ਵਾਪਸ ਕਰ ਦੇ। ਕਾਲ ਪੁਰਖ ਦੀ ਆਗਿਆ ਨੂੰ ਆਏ ਸਾਣ, ਆਇਸ ਨੂੰ ਉਹਦੀ ਆਗਿਆ ਨੂੰ ਮੇਟਣ ਵਾਲਾ ਕੌਣ ਹੋ ਸਕਦਾ ਹੈ, ਭਾਵ ਕੋਈ ਵੀ ਉਹਦੀ ਆਗਿਆ ਨਹੀਂ ਮਿਟ ਸਕਦਾ। ਕਹੋ ਕੰਟ ਕੌਣੈ ਬਿਖੈ ਭਾਜ ਬਚੈ, ਕੋਈ ਦੱਸੇ ਕਿ ਜਦੋਂ ਬੰਦਾ ਕਾਲ ਤੋਂ ਬਚ ਕੇ ਆਖੇ ਕਿ ਮੈਂ ਮਰਨਾ ਨਹੀਂ ਚਾਹੁੰਦਾ, ਤਾਂ ਕਿਹੜੇ ਕੁੰਟ ਵਿੱਚ ਜਾਏਗਾ। ਸੰਗਤ ਜੀ, ਜਿਹੜੀ ਦੁਨੀ ਚੰਦ ਦੀ ਕਥਾ ਹੁੰਦੀ ਹੈ, ਦੁਨੀ ਚੰਦ ਵੀ ਮੌਤ ਦੇ ਡਰ ਤੋਂ ਭੱਜਿਆ ਸੀ, ਪਰ ਬਚਿਆ ਕੋਈ ਨਹੀਂ ਸੀ। ਮਹਾਰਾਜ ਦਾ ਬਚਨ ਹੋਇਆ ਸੀ ਵੀ ਜਿਸ ਮੌਤ ਤੋਂ ਡਰ ਕੇ ਜਾਂਦਾ ਉਹ ਮੌਤ ਤਾਂ ਉੱਥੇ ਵੀ ਹੋਵੇਗੀ। ਇੱਕ ਦੀਵਾਨ ਆਨੰਦ ਚੰਦ ਹੋਏ ਨੇ, 10ਵੇਂ ਪਾਤਸ਼ਾਹ ਦੇ ਖਾਸ ਦੀਵਾਨ ਸੀ, ਮਸੰਦ ਸੀ। ਇਹਨਾਂ ਦੇ ਮਨ ਵਿੱਚ ਬਿਰਤੀ ਬਦਲ ਗਈ ਅਤੇ ਆਨੰਦ ਚੰਦ ਜੀ ਨੇ ਇੱਕ ਸਾਧੂ ਜੋਗੀ ਜਿਹੜਾ ਸੀ ਉਹ ਸ੍ਰੀ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆਇਆ ਸੀ, ਹੱਥ ਲਿਖਤ ਆਪ ਲਿਖ ਕੇ ਲਿਆਂਦਾ ਸੀ ਅਤੇ ਚਾਹੁੰਦਾ ਸੀ ਵੀ ਮਹਾਰਾਜ ਦੇ ਦਸਤਖਤ ਹੋ ਜਾਣ, 10ਵੇਂ ਪਾਤਸ਼ਾਹ ਦੇ ਸਹਿਣ ਹੋ ਜਾਣ ਅਤੇ ਇਹ ਗ੍ਰੰਥ ਪ੍ਰਵਾਨ ਹੋ ਜਾਏ। 10ਵੇਂ ਪਾਤਸ਼ਾਹ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਮਹਾਰਾਜ ਦਾ ਤਾਂ ਪਤਾ ਨਾ ਲੱਗਿਆ, ਆਨੰਦ ਚੰਦ ਨੂੰ ਉਹਨੇ ਸਰੂਪ ਦੇ ਦਿੱਤਾ ਅਤੇ ਦੀਵਾਨ ਆਨੰਦ ਚੰਦ ਜੀ ਉਹਨੂੰ ਟਾਲੀ ਜਾਣ। ਮਹੀਨਾ ਬੀਤਿਆ, ਕਹਿਣ ਲੱਗੇ ਵੀ ਭਾਈ ਹਜੇ ਸਮਾਂ ਹੋਵੇਗਾ ਨਾ ਮਹਾਰਾਜ ਕੋਲ, ਫਿਰ ਮੈਂ ਸਹਿਣ ਕਰਾਵਾਂ, ਅਜੇ ਤੂੰ ਚਲਾ ਜਾ। ਜਦੋਂ ਇੱਦਾਂ ਕਰਦਿਆਂ ਕਰਦਿਆਂ 2-3 ਮਹੀਨੇ ਬੀਤੇ, ਉਹ ਸਮਝ ਗਿਆ ਵੀ ਇਹ ਬੇਈਮਾਨ। ਉਹ ਸਾਧ ਨੇ ਜਾ ਕੇ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਜੀ ਕੋਲ ਬੇਨਤੀ ਕਰ ਦਿੱਤੀ, ਗੁਰੂ ਜੀ ਆਨੰਦ ਚੰਦ ਜੋ ਤੁਹਾਡੇ ਮਸੰਦ ਨੇ ਉਹਨਾਂ ਨੂੰ ਮੈਂ ਗ੍ਰੰਥ ਸਾਹਿਬ ਦਾ ਸਰੂਪ ਦਿੱਤਾ ਸੀ ਅਤੇ ਮਹਾਰਾਜ ਉਹਨਾਂ ਨੂੰ ਕਿਹਾ ਸੀ ਦਸਤਖਤ ਕਰਾ ਦਿਓ, ਆਪ ਜੀ ਦੇ ਕੋਲੋਂ ਦਸਤਖਤ ਕਰਾ ਰਹੇ ਹੋਣਗੇ, ਪਰ ਅਜੇ ਤੱਕ ਮੈਨੂੰ ਮੇਰਾ ਸਰੂਪ ਨਹੀਂ ਦਿੰਦਾ। ਮਹਾਰਾਜ ਕਹਿਣਗੇ ਉਹਨੇ ਸਾਡੇ ਤੋਂ ਕੋਈ ਦਸਤਖਤ ਨਹੀਂ ਕਰਾਏ, ਸਾਨੂੰ ਤਾਂ ਕਿਸੇ ਸਰੂਪ ਦਾ ਨਹੀਂ ਪਤਾ ਲੱਗਿਆ। ਇਹ ਤਾਂ ਕਰੋ, ਆਨੰਦ ਚੰਦ ਜੀ ਨੂੰ ਕਹੋ ਵੀ ਇਹਦਾ ਸਰੂਪ ਦੇ ਦੇ।
ਸਿੰਘ ਗਏ ਆ ਕੇ ਸਮਝਾਇਆ ਆਨੰਦ ਚੰਦ ਨੂੰ ਕਿ ਸਰੂਪ ਦੇ ਦਿਓ। ਆ ਕੇ ਕਹਿੰਦੇ ਜੀ ਮੇਰੇ ਕੋਲ ਤਾਂ ਹੈ ਨਹੀਂ। ਫਿਰ ਦਸਵੇਂ ਪਾਤਸ਼ਾਹ ਕੁਲ ਸਿੰਘਾਂ ਨੇ ਆਖਿਆ ਮਹਾਰਾਜ ਉਹ ਤਾਂ ਮਨਾ ਕਰਦਾ। ਮਹਾਰਾਜ ਕਹਿੰਦੇ ਇਹਦੇ ਸਰੂਪ ਦੇ ਦੇ ਛੇਤੀ, ਜੇ ਨਾ ਦਿੱਤਾ ਤਾਂ ਅਸੀਂ ਕਾਰਵਾਈ ਕਰਾਂਗੇ। ਉਦੋਂ ਡਰਦਿਆਂ ਡਰਦਿਆਂ ਆਨੰਦ ਚੰਦ ਨੇ ਉੱਥੋਂ ਭੱਜ ਗਿਆ। ਭੱਜਿਆ ਕਿਉਂ? ਵੀ ਜੇ ਗੁਰੂ ਸਾਹਿਬ ਨੂੰ ਪਤਾ ਲੱਗਾ ਹੁਣ ਤਾਂ ਉਹ ਮੈਨੂੰ ਮਾਰਨਗੇ, ਅਤੇ ਜੇ ਗੁਰੂ ਜੀ ਦੇ ਕੋਲ ਮੈਂ ਕੀ ਕਰਾਂਗਾ, ਮੇਰਾ ਵੱਸ ਨਹੀਂ ਚੱਲਣਾ। ਮੌਤ ਤੋਂ ਡਰ ਕੇ ਭੱਜ ਗਿਆ। ਜਦੋਂ ਮੌਤ ਤੋਂ ਡਰ ਕੇ ਭੱਜਿਆ ਤਾਂ ਆਨੰਦ ਚੰਦ ਖਾਲਸਾ ਜੀ ਅੱਗੇ ਜਾ ਕੇ ਮੌਤ ਦਾ ਕਾਰਨ ਬਣਿਆ ਕਿ ਆਨੰਦ ਚੰਦ ਦੀ ਮੌਤ ਹੋ ਗਈ। ਇੱਦਾਂ ਮਹਾਰਾਜ ਕਹਿੰਦੇ ਜੇ ਮੌਤ ਤੋਂ ਭੱਜੇ ਕੋਈ ਤਾਂ ਦੱਸੋ ਕਿਹੜੇ ਕੁੰਟ ਵਿੱਚ ਜਾ ਕੇ ਬਚੇਗਾ, ਕੋਹ ਕੁੰਟ ਕੌਣੇ ਬਿਖੈ, ਕਿਹੜੇ ਕੁੰਟ ਦੇ ਵਿੱਚ ਕਿਹੜੇ ਕੌਣੇ ਵਿੱਚ ਜਾ ਕੇ ਬਚਾਂਗੇ, ਭੱਜ ਕੇ ਰਵਾਂਗੇ ਕਿੱਥੇ। ਸਬੰਗ ਸੀਸ ਕੇ ਸੰਗ ਸ੍ਰੀ ਕਾਲ ਨਾਚੈ। ਜੇ ਬੰਦਾ ਮੌਤ ਤੋਂ ਬਚਣਾ ਚਾਹੇ ਜਾਵੇ ਤਾਂ ਕਿੱਥੇ, ਅੱਗੇ ਸਾਰਿਆਂ ਦੇ ਸਿਰ ਦੇ ਉੱਤੇ ਸ੍ਰੀ ਕਾਲ ਨੱਚ ਰਿਹਾ ਹੈ। ਨੱਚਣਾ ਯਾਨੀ ਉਹ ਉੱਪਰ ਮੰਡਰਾ ਰਿਹਾ ਹੈ। ਸਾਰਿਆਂ ਦੇ ਸਿਰਾਂ ਉੱਤੇ ਸਭ ਦੀ ਮੌਤ ਹੁੰਦੀ ਹੈ, ਸਭ ਦੇ ਨਾਲ ਸ੍ਰੀ ਕਾਲ ਨੱਚਦਾ ਹੈ। ਕਰੇ ਕੋਟ ਕੋ ਧਰੇ ਕੋਟ ਓਟਮ, ਕੋਈ ਕੋਟ ਕਰੋੜਾਂ ਹੀ ਕੋਈ ਕਰ ਲਵੇ ਅਤੇ ਕਿਲੇ ਬਣਾ ਲਵੇ, ਧਰੇ ਕੋਟ ਓਟਮ, ਕਿਲਿਆਂ ਦੀ ਓਟ ਵੀ ਲੈ ਲਵੇ, ਬਚੈ ਗੋ ਨਾ ਕਿਉਂ ਹੂੰ, ਕਰੈ ਕਾਲ ਚੋਟਮ। ਜਦੋਂ ਕਾਲ ਨੇ ਚੋਟ ਮਾਰਨੀ ਹੈ ਉਦੋਂ ਕੋਈ ਵੀ ਨਹੀਂ ਬਚੇਗਾ। ਕਾਲ ਦੀ ਚੋਟ ਅੱਗੇ ਕਿਉਂ ਹੂੰ ਨਾ, ਕਦੇ ਵੀ ਨਹੀਂ ਬਚ ਸਕਦਾ, ਕੋਈ ਤਰੀਕਾ ਹੀ ਨਹੀਂ ਹੈ। ਲਿਖੇ ਜੰਤਰ ਕੇਤੇ ਪੜ੍ਹਨ ਮੰਤਰ ਕੋਟਮ। ਮਹਾਰਾਜ ਕਹਿੰਦੇ ਜਿੰਨੇ ਵੀ ਯੰਤਰ ਲਿਖੇ ਨੇ, ਮੰਤਰ ਪੜ੍ਹੇ ਨੇ ਕਰੋੜਾਂ, ਇਹ ਸਾਰੇ ਯਤਨ ਜੇ ਕੋਈ ਕਰਨਾ ਜਾਣਦਾ ਵੀ ਹੋਵੇ, ਬਿਨਾਂ ਸਰਨ ਤਾਂ ਕੀ ਨਹੀਂ ਔਰ ਓਟਮ। ਪਰ ਉਸ ਕਾਲ ਪੁਰਖ ਜੀ ਦੀ ਸ਼ਰਨ ਪਏ ਬਿਨਾਂ ਔਰ ਕੋਈ ਵੀ ਓਟ ਆਸਰਾ ਨਹੀਂ ਹੈ। ਮੰਤਰ ਤੰਤਰ ਵੀ ਬੰਦੇ ਨੂੰ ਨਹੀਂ ਬਚਾ ਸਕਦੇ, ਬਿਨਾਂ ਸ਼ਰਨ ਤਾਂ ਕੀ, ਉਸ ਕਾਲਾਨ ਕਾਲ ਪਰਮੇਸ਼ਰ ਦੀ ਸ਼ਰਨ ਪਏ ਬਿਨਾਂ ਕੋਈ ਹੋਰ ਓਟ ਕੋਈ ਹੋਰ ਆਸਰਾ ਦੂਜਾ ਨਹੀਂ। ਲਿਖਣ ਜੰਤਰ ਥੱਕੇ ਪੜ੍ਹਨ ਮੰਤਰ ਹਾਰੇ। ਜੰਤਰ ਲਿਖਣ ਵਾਲੇ ਥੱਕ ਗਏ, ਮੰਤਰ ਪੜ੍ਹ ਪੜ੍ਹ ਕੇ ਵਿੱਦਿਆ ਦੀ ਵਿਚਾਰ ਕਰਨ ਵਾਲੇ ਮੰਤਰਾਂ ਦੇ ਅਭਿਆਸੀ ਉਹ ਵੀ ਥੱਕ ਗਏ। ਕਰੇ ਕਾਲ ਤੇ ਅੰਤ ਲੈ ਕੇ ਵਿਚਾਰੇ, ਜਿਹੜੇ ਕਾਲ ਨੇ ਕੀਤਾ ਹੈ ਉਹੀ ਕਾਲ ਅਖੀਰ ਵਿੱਚ ਆਪਣੇ ਵਿੱਚ ਲੀਨ ਕਰਨ ਵਾਲਾ ਵਿਚਾਰਿਆ ਜਾਂਦਾ। ਕਿਤੇ ਉਹ ਤੰਤਰ ਸਾਧੇ ਸੋ ਜਨਮੰ ਬਿਤਾਇਓ, ਕਿੰਨੇ ਕੁ ਤੰਤਰ ਸਾਧਨਾ ਕਰਨ ਵਿੱਚ ਹੀ ਜਨਮ ਬਤੀਤ ਕਰ ਰਹੇ। ਕਈ ਜਨਮ ਆਪਣੇ ਵੀ ਬੀਤੇ, ਕਈਆਂ ਦੇ ਔਰਾਂ ਦੇ ਬੀਤ ਰਹੇ, ਕਿ ਸਾਰੀ ਕਈ ਕਈ ਜ਼ਿੰਦਗੀ ਜੀਵਨ ਤੰਤਰ ਸਾਧਨਾ ਕਰਦਾ ਹੋਇਆ ਜੀਵ ਬਤੀਤ ਕਰ ਰਿਹਾ ਹੈ। ਭਏ ਫੋਕਟੰ ਕਾਜ ਏਕੈ ਨਾ ਆਇਓ, ਉਹ ਸਾਰੇ ਤੰਤਰ ਸਾਧਨਾ ਕੀਤੇ ਹੋਏ ਕਰਮ ਫੋਕੇ ਪੈ ਗਏ, ਇੱਕ ਵੀ ਕੰਮ ਨਹੀਂ ਆਇਆ। ਤੰਤਰ ਸਾਧਨਾ ਵੀ ਮਹਾਰਾਜ ਕਹਿੰਦੇ ਕਾਲ ਤੋਂ ਨਹੀਂ ਬਚਾ ਸਕਦੇ, ਯਤਨ ਜਿੰਨੇ ਮਰਜ਼ੀ ਕਰ ਲਓ ਕੰਮ ਨਹੀਂ ਆਉਣਾ ਜਦੋਂ ਕਾਲ ਨੇ ਆਪ ਆਉਣਾ। ਕਿਤੇ ਨਾਸ ਮੂੰਦੇ ਭਏ ਬ੍ਰਹਮਚਾਰੀ, ਕਈ ਐਸੇ ਹਨ ਜਿਨ੍ਹਾਂ ਨੇ ਸਿਰਫ ਇਹ ਜਾਣਿਆ ਮਹਾਰਾਜ ਦਾ ਭਜਨ, ਨਾਸਾ ਮੂੰਦ ਕਰੈ ਪ੍ਰਣਾਮੰ, ਨੱਕਾਂ ਬੰਦ ਕਰ ਲਈਆਂ ਅਤੇ ਅਸੀਂ ਬ੍ਰਹਮਚਾਰੀ ਹਾਂ, ਅਸੀਂ ਸਵਾਸ ਨੂੰ ਰੋਕ ਸਕਦੇ ਹਾਂ। ਐਸੇ ਬ੍ਰਹਮਚਾਰੀ ਵੀ ਅਖਵਾਉਣ ਲੱਗ ਪਏ। ਕਿਤੇ ਕੰਠ ਕੰਠੀ ਜਟਾ ਸੀਸ ਧਾਰੀ, ਕਿੰਨੇ ਐਸੇ ਨੇ ਜਿਨ੍ਹਾਂ ਨੇ ਆਪਣੇ ਕੰਠ ਗਲੇ ਦੇ ਵਿੱਚ ਕੰਠੀ ਪਾਈ ਹੈ, ਸਿਰ ਦੇ ਉੱਤੇ ਜਟਾਵਾਂ ਧਾਰਨ ਕੀਤੀਆਂ ਹਨ। ਕਿਤੇ ਚੀਰ ਕਾਨਮ ਜੁਗੀ ਸੰਕਹਾਇਮ,
कई ऐसे हुए जिन्होंने अपने कन्ना नूं चिरवा के विच मुंदरां पा दित्तियां हन ते अपने आप नूं जोगी कहाउंदे ने कि असीं सब तों वड्डे महा जोगी हाँ साधक हाँ। सबै फोकटं धर्म कामंग ना आयम, दसम पातशाह कहिंदे सारे फोके काम ने। जदों तक कंठी केवल बाहर ली है, जेडे पूर्ण वैरागी पुरश ने ना, क्योंकि कंठी जिहड़ी है वैरागी बनदे, जिन्ने वैरागी पुरश ने पूर्ण वैरागी, वो बाहरों भावें कंठी पाते ने, पर यह पक्का निश्चा है भी यह बाहर का रूप है। तो बाहरी रूप जे केवल बाहरी है, जे केवल बाहरी है तो वह पाखंड है। जिहड़ी कंठी बाहरों पाई है उहदे उत्ते नाम लिखिया हुंदा है, लक्कड़ की माला वांग कंठी बना के नाम की कंठी पाई, चाहे वह राम की है, चाहे कृष्ण हरी की है, चाहे वह राधा की है, जिन्हें भी नाम जपते हैं वो सारे नाम वैरागी जड़े ने कंठी धारण करते। दसम पातशाह कहिंदे भी जे वह कंठी केवल बाहरी धारण करके बैठा, सिर ते केवल जटावां धार के बैठा, नाम नहीं जपना, तो नाम तो बिना सारे काम फोकट ही है। सब है फोकट, कन्न पाड़ के कोई जोगी समझे, नक्कां बंद करके कोई आखे कि मैं ब्रह्मचारी हाँ, ये सारे फोके काम हैं। धर्म किसी ने भी काम नहीं आना जीव दे। मद कीटबंग राक्षसे संग बलियं, मद कीटब दैंत वर्गे राक्षस, बड़े बड़े बल वाले राजे राजे राक्षस बने, राक्षस प्रवृत्ति वाले हुए। समय अपनी काल ते उदलियं, काल ने अपना समा जदों पाया, समय अपनी उन्हां दा जदों समा आ जाता है, काल ने उन्हां नूं भी दल दिता, पीस दिता। काल ने वड्डे वड्डे राक्षसां नूं दैंतां नूं भी पीसिया। पहे सुंभ नै सुंभ सराउणंत बीजं, सुंभ नसुंभ ये दो वड्डे दैंत सन, वड्डे भरा से आपस में। सराउणंत बीज जिन्हों रक्त बीज कहा जाता है, जिहदा खून ही बीज सी, जिथे खून गिरना उत्थों राक्षस पैदा हो जाना। सो सराउणंत बीज आदिक भी जिहड़े संसार च होए ने, ते देखो सुंभ नसुंभ किन्ने वड्डे से भी जिहदी आग्या विच सराउणंत बीज वर्गे हुए। सराउणंत बीज कैसे सी, जिन्हां राक्षस का जीवन आउंदा भी एक मरदिया दस हुंदे सी, दसां तों फिर सौ हुंदे सी, जिन्ने मारदी सी चंडका उन्ने ही वह खत्म हो जांदे। पर जदों काल ने अपनी कला वरताई, अणगिणत राक्षस बढ़ चुके सी धरती दे उत्ते, उम्मीद नहीं सी लगदी भी इन्हां दा कदे अंत हो जाएगा। तां उस सराउणंत बीज दे फौजां जिहदा नाम बेल ते सुबेल, ये दो जरनैल सी, उन्हां राक्षसां नूं भी श्री दुष्ट दमन जी ने मारिया सी। दुष्ट दमन दा रूप श्री गुरु गोबिंद सिंह जी आप सन। सो जिस सराउणंत बीज दीआं फौजां मार के सराउण ते रक्त बीज सराउणंत बीज दा अंत कीता सी, ਉਹ ਸਰੂਪ ਕਾਲ ਦਾ ਸਰੂਪ ਹੈ। ਮਹਾਰਾਜ ਕਹਿੰਦੇ ਸੁੰਭ ਨਸੁੰਭ ਜੈਸੇ ਹੋਏ ਨੇ, ਸਰਾਉਣਤ ਬੀਜ ਵਰਗੇ ਹੋਏ ਨੇ, ਅਤੇ ਉਹ ਕਾਲ ਕੀਨੇ ਪੂਰੇ ਜੇ ਪੂਰੇ ਜੰਗ, ਉਹਨਾਂ ਨੂੰ ਕਾਲ ਨੇ ਪੁਰਜਾ ਪੁਰਜਾ ਕਰਕੇ ਸੱਟ ਦਿੱਤਾ। ਐਸੇ ਐਸੇ ਬਲੀ ਵੀ ਕਾਲ ਨੇ ਟੁਕੜੇ ਟੁਕੜੇ ਕਰਕੇ ਗੇਰ ਦਿੱਤੇ। ਬਲੀ ਪ੍ਰਿਥਿਅੰ ਮਾਨ ਧਾਤਾ ਮਹੀਪੰ, ਬਹੁਤ ਬਲੀ ਰਾਜਾ ਮਾਨ ਧਾਤਾ ਹੋਇਆ ਹੈ, ਧਰਤੀ ਦਾ ਰਾਜਾ ਮਾਨ ਧਾਤਾ। ਜਿਨ੍ਹਾਂ ਰੱਥ ਚੱਕਰੰ ਕੀਏ ਸਾਤ ਦੀਪੰ,
ਮਾਨ ਧਾਤੇ ਦੀ ਕਥਾ ਆਉਂਦੀ ਹੈ ਕਿ ਉਹ ਐਸਾ ਰਾਜਾ ਸੀ ਜਿਹਦੇ ਰੱਥ ਦੇ ਪਹੀਏ ਨਾਲ ਦਰਾਰ ਆ ਜਾਣ ਕਰਕੇ ਜਿਨਕੇ ਰੱਥ ਨੇਮ ਦਰਾਰਨ ਅਤੇ ਸੱਤ ਸਾਗਰ ਹੈ ਅਬ ਲਉ ਜਗ ਮਾਹੀ ਭਾਵ ਰਸਾਮ੍ਰਿਤ ਵਿੱਚ ਜ਼ਿਕਰ ਆਉਂਦਾ ਵੀ ਜਿਹਦੇ ਰੱਥ ਦੇ ਪਹੀਏ ਦੇ ਨਾਲ ਅਜੇ ਤੱਕ ਸੱਤ ਸਾਗਰਾਂ ਦੇ ਵਿੱਚ ਜਿਹੜੀ ਇਹ ਦਰਾਰ ਪਈ ਹੋਈ ਹੈ ਇਹੋ ਜਿਹੇ ਰਾਜੇ ਮਾਨ ਧਾਤਾ ਆਦਿਕ ਹੋਏ ਜਿਹਨੇ ਰੱਥ ਚੱਕਰਾਂ ਕੀ ਹੈ ਸਾਥ ਦੀ ਜਿਹਨਾਂ ਨੇ ਰੱਥ ਦੇ ਚੱਕਰ ਪਹੀਏ ਨਾਲ ਸੱਤ ਦਵੀਪ ਬਣ ਗਏ ਸਮੁੰਦਰਾਂ ਦੇ ਨਾਲ ਜੋ ਸੱਤ ਦੀਪ ਨੇ ਇਹ ਬਣੇ ਭੁਜੰਗ ਭੀਮ ਭਰਥੰ ਜਗੰ ਜੀਤ ਡੰਡੰ ਭੁਜੰਗ ਭੀਮ ਭਰਥੰ ਜਿਹਨਾਂ ਦੀ ਬਾਹਾਂ ਵਿੱਚ ਬੜਾ ਭਾਰੀ ਬਲ ਹੈ ਜਗਤ ਨੂੰ ਜਿੱਤਣ ਵਾਲੇ ਨੇ ਆਪਣੇ ਡੰਡੇ ਨਾਲ ਆਪਣੀ ਤਾਕਤ ਦੇ ਨਾਲ ਤਿਨੈ ਅੰਤ ਕੇ ਅੰਤ ਕੋ ਕਾਲ ਖੰਡਿੰਗ ਉਹਨਾਂ ਨੇ ਉਸ ਬੰਦਿਆਂ ਨੂੰ ਉਸ ਪੁਰਖਾਂ ਨੂੰ ਅਖੀਰ ਦੇ ਸਮੇਂ ਅੰਤ ਦੇ ਰੂਪ ਨੇ ਕਾਲ ਦੇ ਰੂਪ ਨੇ ਮਾਰ ਹੀ ਦਿੱਤਾ ਕਾਲ ਨੇ ਐਸੇ ਐਸੇ ਰਾਜੇ ਜਿਹੜੇ ਕਦੇ ਜਿੱਤੇ ਨਹੀਂ ਸੀ ਜਾ ਸਕਦੇ ਉਹਨਾਂ ਨੂੰ ਵੀ ਕਾਲ ਨੇ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੈ ਉਹ ਕਾਲ ਦੇ ਅਧੀਨ ਹੋ ਕੇ ਮਰ ਚੁੱਕੇ ਜਿਨ੍ਹਾਂ ਦੀਪ ਦੀਪੰਗ ਦੁਹਾਈ ਫਿਰਾਈ ਜਿਨ੍ਹਾਂ ਬੰਦਿਆਂ ਨੇ ਹਰ ਦਵੀਪ ਦਵੀਪ ਵਿੱਚ ਹਰੇਕ ਇਲਾਕੇ ਦੇ ਵਿੱਚ ਦੇਸ਼ਾਂ ਵਿੱਚ ਆਪਣੇ ਨਗਾਰੇ ਵਜਾਏ ਨੇ ਆਪਣੀ ਜਿੱਤ ਦਾ ਐਲਾਨ ਕੀਤਾ ਹੈ ਤਾਕਤ ਵਿਖਾਈ ਹੈ ਆਪਣੀ ਸ਼ਕਤੀ ਪ੍ਰਦਰਸ਼ਨ ਕੀਤਾ ਹੈ ਭੁਜਾ ਦੰਡ ਦੈ ਛੋਣ ਛਤਰੰਗ ਛਿਨਾਈ ਪਰ ਕਾਲ ਨੇ ਸਮਾਂ ਪਾ ਕੇ ਆਪਣੀ ਬਾਹਾਂ ਦੇ ਬਲ ਨਾਲ ਉਹਨਾਂ ਨੂੰ ਸਜ਼ਾ ਦਿੱਤੀ ਕਾਲ ਨੇ ਉਹਨਾਂ ਨੂੰ ਸਜ਼ਾ ਦੇ ਕੇ ਉਹਨਾਂ ਦੇ ਕੋਲੋਂ ਛੋਣ ਜਿੰਨੀ ਛੱਤਰ ਉਹਨਾਂ ਦੇ ਤਖ਼ਤ ਝੂਲਣ ਵਾਲੇ ਉਹਨਾਂ ਦੇ ਰਾਜ ਧਰਤੀ ਜ਼ਮੀਨ ਸਭ ਕੁਝ ਕਾਲ ਨੇ ਛੀਨ ਲਿਆ ਹੈ ਖੋਹ ਲਿਆ ਹੈ ਕਰੇ ਜੱਗ ਕੋਟਮ ਜਸਨ ਅਨੇਕ ਲੀਤੇ ਜਿਨ੍ਹਾਂ ਨੇ ਕਰੋੜਾਂ ਹੀ ਜੱਗ ਕੀਤੇ ਨੇ ਕਰੇ ਜੱਗ ਕੋਟਮ ਬਹੁਤ ਅਨੇਕ ਜ਼ਿਆਦਾ ਜਸ ਜਿਨ੍ਹਾਂ ਨੇ ਸੰਸਾਰ ਵਿੱਚ ਲਿਆ ਹੈ ਵਹਿ ਵੀਰ ਬੰਗ ਕੇ ਬਲੀ ਕਾਲ ਜੀਤੇ ਉਹ ਸੰਸਾਰ ਵਿੱਚ ਜਸ ਲੈਣ ਵਾਲੇ ਯੋਧੇ ਜੰਗੀ ਜਰਨੈਲ ਜਿਨ੍ਹਾਂ ਦੀ ਐਸਾ ਐਸਾ ਜਸ ਹੋਇਆ ਕਿ ਜਿਹੜੇ 14 ਲੋਕਾਂ ਦੇ ਜੋ ਰਾਜਿਆਂ ਨੂੰ ਯੋਧਿਆਂ ਨੂੰ ਖਤਮ ਕਰਨ ਵਾਲੇ ਹੋਏ ਇੱਕ ਪ੍ਰਕਰਨ ਆਉਂਦਾ ਖੜਗ ਸਿੰਘ ਦਾ ਯੁੱਧ ਦਸਵੇਂ ਪਾਤਸ਼ਾਹ ਦੀ ਬਾਣੀ ਵਿੱਚ ਜਿਹਦਾ ਜੰਗ ਇੰਨਾ ਮਹਾਨ ਹੋਇਆ ਕਿ ਉਹਨੇ 24 ਅਵਤਾਰ ਵੀ ਜਿੱਤ ਲਏ 3 ਸਮਿਆਂ ਦੇ ਰਾਜੇ ਵੀ ਉਸਨੇ ਜਿੱਤ ਲਏ ਪਰ ਕਾਲ ਨੇ ਉਸ ਖੜਗ ਸਿੰਘ ਵਰਗੇ ਯੋਧੇ ਨੂੰ ਵੀ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਸਮੇਟ ਕੀਤਾ ਸੋ ਕਾਲ ਦਾ ਸਰੂਪ ਸਭ ਤੋਂ ਵੱਡਾ ਹੈ ਮਹਾਰਾਜ ਕਹਿੰਦੇ ਉਹ ਬੰਕੇ ਛੈਲ ਛਬੀਲੇ ਬਲੀ ਬੰਦੇ ਵੀ ਕਾਲ ਨੇ ਜਿੱਤ ਲਏ ਨੇ ਕਈ ਕੋਟ ਲੀਨੇ ਜਿਨੈ ਦੁਰਗ ਢਾਹੇ ਕਈ ਕਰੋੜ ਕਈ ਕਿਲੇ ਜਿਹੜੇ ਨੇ ਜਿਨ੍ਹਾਂ ਨੇ ਐਸੇ ਐਸੇ ਕਿਲੇ ਢਾਹ ਦਿੱਤੇ ਨੇ ਉਹ ਕਿਲਿਆਂ ਨੂੰ ਢਾਹਣ ਵਾਲੇ ਯੋਧੇ ਵੀ ਕਈ ਕਰੋੜਾਂ ਮਾਰ ਲਿੱਤੇ ਨੇ ਕਾਲ ਨੇ ਕਈਆਂ ਨੇ ਕਿਲੇ ਬਣਾਏ ਵੱਡੇ ਵੱਡੇ ਯੋਧੇ ਹੋਏ ਕਈਆਂ ਨੇ ਕਿਲਿਆਂ ਨੂੰ ਢਹਾ ਦਿੱਤਾ ਦੂਜਿਆਂ ਦੇ ਵੱਡੇ ਕਿਲੇ ਬਣਾਉਣ ਵਾਲੇ ਵੀ ਵੱਡੇ ਰਾਜੇ ਅਤੇ ਵੱਡਿਆਂ ਦੇ ਕਿਲਿਆਂ ਨੂੰ ਢਾਹਣ ਵਾਲੇ ਵੀ ਪਰਮੇਸ਼ਰ ਨੇ ਬੜੇ ਬੜੇ ਬਣਾਏ ਕਾਲ ਨੇ ਇਹੋ ਜਿਹੇ ਸੂਰਮਿਆਂ ਦੇ ਕਿਤੇ ਸੂਰਬੀਰਾਨ ਕੇ ਸੈਨ ਗਾਹੇ ਕਈ ਸੂਰਬੀਰ ਯੋਧਿਆਂ ਦੀਆਂ ਸੈਨਾ ਫੌਜਾਂ ਨੂੰ ਗਾਹ ਕੇ ਰੱਖ ਦਿੱਤਾ ਉਹਨਾਂ ਦਾ ਅੰਤ ਕਰਕੇ ਰੱਖ ਦਿੱਤਾ ਕਈ ਜੰਗ ਕੀਨੇ ਸੋ ਸਾਕੇ ਪਵਾਰੇ ਕਈਆਂ ਨੇ ਐਸੇ ਜੰਗ ਕੀਤੇ ਸਾਕੇ ਵਰਤਾਏ ਬੜੇ ਬੜੀ ਕਲਾ ਵਰਤਾਈ ਜੰਗ ਯੋਧ ਰਚੇ
ਉਹਨਾਂ ਸੂਰਮਿਆਂ ਨੂੰ ਵੀ ਵਹਿ ਦੀਨ ਦੇਖੇ ਗਿਰੇ ਕਾਲ ਮਾਰੇ। ਦਸਮ ਪਾਤਸ਼ਾਹ ਕਹਿੰਦੇ ਐਸੇ ਐਸੇ ਜੰਗੀ ਯੋਧੇ ਵੀ ਕਾਲ ਦੇ ਸਾਹਮਣੇ ਖਿਦਰੇ ਹੋਏ ਪਏ ਹਨ। ਕਾਲ ਪਰ ਉਹਨਾਂ ਨੂੰ ਵੀ ਨਹੀਂ ਛੱਡਦੇ। ਕਾਲ ਦੇ ਸਾਹਮਣੇ ਐਸੇ ਐਸੇ ਯੋਧੇ ਜਰਨੈਲ ਸੂਰਵੀਰਾਂ ਨੇ, ਉਹਨਾਂ ਦੀਆਂ ਫੌਜਾਂ ਗਾਹੀਆਂ ਹੋਈਆਂ ਪਈਆਂ। ਜੰਗ ਕਰਨ ਵਾਲੇ ਵਹਿ ਦੀਨ ਦੇਖੇ ਗਿਰੇ ਕਾਲ ਮਾਰੇ। ਕਾਲ ਦੇ ਮਾਰੇ ਹੋਏ ਉਹ ਨਿਮਾਣੇ ਹੋ ਕੇ ਡਿੱਗੇ ਹੁੰਦੇ ਨੇ, ਜਿਹੜੇ ਕਿਸੇ ਸਮੇਂ ਬੜੇ ਯੋਧੇ ਅਖਵਾਏ ਸੀ ਕਿ ਸਾਨੂੰ ਕੋਈ ਮਾਰ ਨਹੀਂ ਸਕਦਾ। ਜਿਨ੍ਹਾਂ ਪਾਤਸ਼ਾਹੀ ਕਰੀ ਕੋਟ ਜੁਗਿੰਗ, ਜਿਨ੍ਹਾਂ ਨੇ ਸੰਸਾਰ ਵਿੱਚ ਪਾਤਸ਼ਾਹੀਆਂ ਕੀਤੀਆਂ ਨੇ, ਕਈ ਕਰੋੜਾਂ ਯੁੱਗ ਰਾਜ ਸੁੱਖ ਭੋਗੇ ਨੇ। ਰਸੰਗ ਆਨ ਰਸੰਗ ਭਲੀ ਭਾਂਤ ਭੁੱਕਿਆ, ਜਿਨ੍ਹਾਂ ਨੇ ਰਸ ਅਨ ਰਸ ਸਭ ਤਰ੍ਹਾਂ ਦੇ ਰਸਾਂ ਦਾ ਫਲ ਭੋਗਿਆ ਹੈ, ਭਲੀ ਪ੍ਰਕਾਰ ਸੁੱਖ ਮਾਣਿਆ ਹੈ। ਵਹਿ ਅੰਤ ਕੋ ਭਾਵ ਨੰਗੇ ਪਧਾਰੇ, ਉਹ ਵੀ ਇਸ ਦੁਨੀਆਂ ਤੋਂ ਅਖੀਰ ਨੂੰ ਨੰਗੇ ਪੈਰੀ ਹੀ ਪਧਾਰਦੇ ਹਨ, ਜਿਹੜੇ ਏਡੇ ਏਡੇ ਵੱਡੇ ਰਾਜੇ ਹੋਏ। ਗਿਰੇ ਦੀਨ ਦੇਖੇ ਹਠੀ ਕਾਲ ਮਾਰੇ, ਉਹ ਵੀ ਨਿਮਾਣੇ ਹੋ ਕੇ ਮੌਤ ਦੇ ਸਾਹਮਣੇ ਢਹਿ ਕੇ ਜਾਂਦੇ, ਬਸ ਨਹੀਂ ਚੱਲਦਾ। ਜਿਨ੍ਹਾਂ ਦੀਆਂ ਇੰਨੀਆਂ ਫੌਜਾਂ ਸੀ, ਬਾਦਸ਼ਾਹੀਆਂ ਸੀ, ਔਰੰਗਜ਼ੇਬ ਵਰਗੇ ਦੇ ਕਿੰਨੀ ਕੁ ਉਮਰ ਦਾ ਰਾਜ, 50 ਸਾਲ ਦਾ ਰਾਜ, ਪਰ ਐਸੇ ਰਾਜੇ ਵੀ ਹੋਏ ਦੁਨੀਆਂ ਦੇ ਵਿੱਚ ਜਿਨ੍ਹਾਂ ਨੇ 1000 ਸਾਲ ਵੀ ਰਾਜ ਕੀਤੇ, 1000 ਸਾਲ ਅਖੀਰ ਨੂੰ ਉਹ ਵੀ ਜਾਂਦੇ। ਯੁੱਗਾਂ ਦੇ ਵਿੱਚ ਰਾਜ ਕਰਨ ਵਾਲੇ ਇੰਦਰ ਵਰਗੇ ਉਹ ਵੀ ਚਲੇ ਜਾਂਦੇ। ਸਾਰੇ ਵੱਡੇ ਵੱਡੇ ਰਾਜੇ ਜਿਹੜੇ ਅੱਜ ਤੱਕ ਹੋਏ ਨੇ, ਅਖੀਰ ਨੂੰ ਮਾਰੇ, ਕਹਿੰਦੇ ਕਾਲ ਨੇ, ਬਲੀ ਕਾਲ ਨੇ ਆਪਣੇ ਹੱਥ ਨਾਲ ਮਾਰੇ। ਜਿਨ੍ਹਾਂ ਖੰਡਿੰਗ ਦੰਡ ਧਾਰੰਗ ਅਪਾਰੰਗ, ਜਿਨ੍ਹਾਂ ਨੇ ਸਜ਼ਾ ਦੇਣ ਵਾਲੇ ਦੰਡਧਾਰੀ, ਯਾਨੀ ਜਿਨ੍ਹਾਂ ਦਾ ਨਿਆਂ ਚੱਲਦਾ ਸੀ, ਜਿਨ੍ਹਾਂ ਦਾ ਹੁਕਮ ਚੱਲਦਾ ਸੀ, ਐਸੇ ਐਸੇ ਦੰਡਧਾਰੀ ਰਾਜੇ ਵੀ ਜਿਨ੍ਹਾਂ ਨੇ ਅਪਾਰੰਗ ਬਹੁਤ ਸਾਰੇ ਮਾਰ ਦਿੱਤੇ। ਜਿਨ੍ਹਾਂ ਖੰਡਿੰਗ, ਜਿਸ ਨੇ ਸਾਰਿਆਂ ਨੂੰ ਜਿੱਤ ਕੇ ਮਾਰ ਦਿੱਤਾ ਹੈ, ਐਸੇ ਐਸੇ ਰਾਜੇ ਹੋਏ। ਕਰੇ ਚੰਦਰਮਾ ਸੂਰ ਚਿਹਰੇ ਦੁਆਰ, ਸੂਰਜ ਅਤੇ ਚੰਦਰਮਾ ਆਪਣੇ ਦਰਵਾਜ਼ੇ ਦੇ ਸੇਵਕ ਬਣਾ ਲਏ। ਜਿਨ੍ਹਾਂ ਰਾਜਿਆਂ ਨੇ ਐਸੇ ਐਸੇ ਰਾਜੇ ਕਿ ਸੂਰਜ ਵੀ ਉਹਨਾਂ ਦੇ ਦਰਵਾਜ਼ੇ ਅੱਗੇ ਖਲੋਤਾ, ਯਾਨੀ ਸੂਰਜ ਅਤੇ ਚੰਦਰਮਾ ਇਹ ਵਾਚਕ ਹਨ ਦਿਨ ਅਤੇ ਰਾਤ ਦੇ, ਯਾਨੀ ਦਿਨ ਵੀ ਜਿਹਦੇ ਵੱਸ ਹੈ, ਰਾਤ ਵੀ ਜਿਹਦੇ ਵੱਸ ਹੈ। ਐਸੇ ਐਸੇ ਸਮਰੱਥ ਰਾਜੇ ਦੁਨੀਆਂ ਦੇ ਵਿੱਚ ਹੋ ਚੁੱਕੇ, ਜਿਨ੍ਹਾਂ ਇੰਦਰ ਸੇ ਜੀਤ ਕੇ ਛੋੜ ਡਾਰੇ, ਕਈ ਐਸੇ ਹੋਏ ਨੇ ਜਿਨ੍ਹਾਂ ਇੰਦਰ ਵਰਗੇ ਰਾਜਿਆਂ ਨੂੰ ਜਿੱਤ ਕੇ ਛੱਡ ਦਿੱਤਾ ਹੈ। ਵਹਿ ਦੀਨ ਦੇਖੇ ਗਿਰੇ ਕਾਲ ਮਾਰੇ, ਉਹ ਵੀ ਕਾਲ ਦੇ ਸਾਹਮਣੇ ਨਿਮਾਣੇ ਹੋ ਕਰਕੇ ਗਿਰੇ ਹੋਏ ਪਏ ਹਨ। ਕਾਲ ਦੇ ਅੱਗੇ ਉਹ ਵੀ ਬਚਦੇ ਨਹੀਂ, ਉਹ ਵੀ ਮਰ ਜਾਂਦੇ ਹਨ। ਰਸਾਵਲ ਚੰਦ, ਦਸਮ ਪਾਤਸ਼ਾਹ ਮਹਾਰਾਜ ਰਸਾਵਲ ਚੰਦ ਵਿੱਚ ਬਾਣੀ ਉਚਾਰਦੇ, ਜਿਤੇ ਰਾਮ ਹੂਏ ਸਭੈ ਅੰਤ ਮੂਏ। ਦਸਮ ਪਾਤਸ਼ਾਹ ਕਹਿੰਦੇ ਭਾਈ, ਜਿੰਨੇ ਰਾਮ ਹੋਏ ਨੇ, ਹੁਣ 33 ਯੁੱਗ ਦੇ ਰਾਮ ਦੀ ਕਥਾ ਅੱਜ ਦੁਨੀਆ ਜਾਣਦੀ ਹੈ, ਪਰ 33 ਯੁੱਗ ਵੀ ਕਈ ਵਾਰੀ ਆਇਆ, ਰਾਮ ਅਵਤਾਰ ਵੀ ਕਈ ਹੋਏ ਨੇ, ਅਤੇ 33 ਤੋਂ ਬਾਅਦ ਵੀ ਕਿੰਨੇ ਕੁ ਰਾਮ ਹੋਏ ਹੋਣਗੇ। ਜਿੱਤੇ ਰਾਮ ਹੋਏ ਭਾਈ, ਜਿੰਨੇ ਵੀ ਰਾਮ ਹੋਏ ਨੇ, ਸਭਾ ਅੰਤ ਮੂਏ, ਸਰੀਰ ਕਰਕੇ ਰਾਮ ਵੱਖਰੇ ਵੱਖਰੇ ਹੋਏ ਨਾ, ਚੇਤਨਾ ਕਰਕੇ ਤਾਂ ਰਾਮ ਦੋ ਹੈ ਹੀ ਨਹੀਂ, ਚੇਤਨਾ ਕਰਕੇ ਦੋ ਨਹੀਂ, ਸਰੀਰਾਂ ਕਰਕੇ ਦੋ ਹੋਏ, 4 ਹੋਏ, 1000 ਹੋਏ। ਜਿੰਨੇ ਵੀ ਰਾਮ ਹੋਏ ਹਨ, ਸਾਰੇ ਹੀ ਅਖੀਰ ਨੂੰ ਮੋਏ, ਸਰੀਰ ਕਰਕੇ ਨਾਸ ਹੋਣਗੇ, ਅੱਜ ਨਾ ਸੀ ਕੱਲ੍ਹ ਨੂੰ ਹੋਣਗੇ। 1000 ਯੁੱਗਾਂ ਸਾਲਾਂ ਬਾਅਦ ਉਹਨਾਂ ਰਾਮ ਦੀ ਪ੍ਰਤਿਭਾ, ਰਾਮ ਦੀ ਮਹਿਮਾ, ਵਡਿਆਈ ਖਤਮ ਹੋ ਜਾਂਦੀ, ਸਭ ਅੰਤ ਮੂਏ।
ਜਿੱਤੇ ਕ੍ਰਿਸ਼ਨ ਹੋਇਆ ਹੈ ਸਵੈ ਅੰਤ ਜੈ ਹੈ, ਜਿੰਨੇ ਕ੍ਰਿਸ਼ਨ ਹੋਣਗੇ ਉਹ ਸਾਰੇ ਅਖੀਰ ਨੂੰ ਚਲੇ ਜਾਣ। ਜਿੱਤੇ ਦੇਵ ਹੋਸੀ ਤਿੱਤੇ ਅੰਤ ਜਾਸੀ, ਜਿੰਨੇ ਦੇਵਤੇ ਹੋਣਗੇ ਸਾਰੇ ਹੀ ਅਖੀਰ ਨੂੰ ਚਲੇ ਜਾਣਗੇ। ਜਿੱਤੇ ਬੋਧ ਹੋਇਆ ਹੈ ਸਵੈ ਅੰਤ ਛੈ ਹੈ, ਜਿੰਨੇ ਸੰਸਾਰ 'ਚ ਬੋਧ ਅਵਤਾਰ ਹੋਣਗੇ ਉਹ ਵੀ ਅਖੀਰ ਨੂੰ ਨਾਸ ਹੋ ਹੀ ਜਾਣਗੇ। ਜਿਤੇ ਦੇਵ ਰਾਯਮ ਸਭੈ ਅੰਤ ਜਾਯਮ, ਜਿੰਨੇ ਵੀ ਦੇਵਤਿਆਂ ਦੇ ਰਾਜੇ ਹੋਏ ਨੇ ਇੰਦਰ ਆਦਿ, ਉਹ ਵੀ ਅਖੀਰ ਨੂੰ ਕਈ ਵਾਰੀ ਇੰਦਰ ਪਦਵੀਆਂ ਭੋਗ ਕੇ ਚਲੇ ਹੀ ਜਾਂਦੇ। ਜਿਤੇ ਦਈ ਤੇ ਸੰਗ ਦਿੱਤੇ ਉਹ ਕਾਲ ਲੇ ਸੰਗ, ਜਿੰਨੇ ਦੈਂਤਾਂ ਦੇ ਰਾਜੇ ਉਹ ਵੀ ਇਸ ਸੰਸਾਰ ਵਿੱਚੋਂ ਕਾਲ ਨੇ ਲੈ ਲਏ ਹਨ, ਕਾਲ ਸਾਰਿਆਂ ਨੂੰ ਖਾ ਜਾਂਦਾ। ਨਰਸਿੰਘ ਅਵਤਾਰੰ ਵਹਿ ਕਾਲ ਮਾਰੰ, ਨਰਸਿੰਘ ਅਵਤਾਰ ਵੀ ਹੋਏ ਨੇ ਉਹ ਵੀ ਕਾਲ ਨੇ ਮਾਰ ਹੀ ਦਿੱਤੇ। ਬੜੋ ਡੰਡ ਧਾਰੀ ਹਣਿਓ ਕਾਲ ਭਾਰੀ, ਵੱਡੇ ਵੱਡੇ ਦੰਡ ਧਾਰੀ ਰਾਜੇ ਹੋਏ ਨੇ ਜੋ ਦੂਜਿਆਂ ਉੱਤੇ ਨਿਆਂ ਕਰਨ ਵਾਲੇ, ਆਪਣਾ ਹੁਕਮ ਚਲਾਉਣ ਵਾਲੇ, ਕਾਲ ਨੇ ਉਹ ਵੀ ਹਣਿਓ ਮਾਰ ਦਿੱਤੇ। ਬੜੇ ਬੜੇ ਬਲੀ ਮੌਤ ਨੇ ਰਾਜਿਆਂ ਨੂੰ ਵੀ ਨਹੀਂ ਛੱਡਿਆ। ਦਿਜੈ ਬਾਵਨੇ ਹਣਿਓ ਕਾਲ ਤੇ, ਬਾਵਨ ਅਵਤਾਰ ਹੁਣ ਜਿਹੜੀ ਆਪਾਂ ਬਾਲੇ ਸ਼ਹਿਰ 'ਚ ਖਾਸ ਕਰਕੇ ਮਨਾਉਂਦੇ ਨਾ ਬਾਵਨ ਦਵਾਦਸ਼ੀ, ਇਹ ਬਾਵਨ ਅਵਤਾਰ ਦੀ ਹੋਈ ਜਿਹੜੀ। ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਸਤਿਯੁਗ ਦੇ ਵਿੱਚ ਬਲ ਰਾਜੇ ਨੂੰ ਛਲਣ ਵਾਲੇ ਬਾਵਨ ਅਵਤਾਰ ਹੋਏ ਹਨ। ਉਹੀ ਜੋਤ ਰੂਪ, ਇੱਕੋ ਹੀ ਜੋਤ ਸਾਰੇ ਯੁੱਗਾਂ ਵਿੱਚ ਵਰਤਦੀ ਹੈ, ਜੋ ਸਤਿਯੁਗ ਦੇ ਵਿੱਚ ਬਾਵਨ ਆਦਿਕ ਰੂਪ 'ਚ। ਦਿਜੈ ਬਾਵਨੇ ਜੋ ਬ੍ਰਾਹਮਣ ਹੋਏ ਨੇ ਬਾਵਨ ਦਾ ਅਵਤਾਰ, ਕਾਲ ਨੇ ਉਹਨਾਂ ਨੂੰ ਵੀ ਖਤਮ ਕੀਤਾ ਜਿਨ੍ਹਾਂ ਨੇ ਆਪਣੇ ਪੈਰ ਦੇ ਨਾਲ ਦੋ ਕਦਮਾਂ ਦੇ ਨਾਲ ਸਾਰੀ ਲੋਕਾਈ ਮਾਪ ਦਿੱਤੀ ਸੀ। ਐਸੇ ਮਹਾਨ ਸਰੂਪ ਵਾਲੇ ਕਾਲ ਨੇ ਉਹਨਾਂ ਨੂੰ ਵੀ ਨਹੀਂ ਛੱਡਿਆ। ਹਣਿਓ ਕਾਲ ਤੇ ਮਹਾ ਮੱਛ ਮੁੰਡੰ, ਸਭ ਤੋਂ ਵੱਡੇ ਰੂਪ ਵਾਲੇ ਮੱਛ ਅਵਤਾਰ, ਮਹਾਨ ਰੂਪ ਧਾਰਨ ਵਾਲੇ, ਫਤਿਓ ਕਾਲ ਝੁੰਡੰ, ਉਹ ਵੀ ਮੱਛ ਅਵਤਾਰ ਜਿਹੜੇ ਨੇ ਕਾਲ ਦੇ ਝੁੰਡ ਵਿੱਚ ਫੰਦੇ ਗਏ, ਮਾਰੇ ਗਏ। ਜਿੱਤੇ ਹੋਏ ਬੀਤੇ ਦਿੱਤੇ ਕਾਲ ਜੀਤੇ, ਜਿੰਨੇ ਵੀ ਹੋ ਬੀਤੇ ਨੇ ਬਣ ਚੁੱਕੇ ਨੇ ਉਹਨਾਂ ਨੂੰ ਕਾਲ ਨੇ ਜਿੱਤਿਆ ਹੈ, ਕਾਲ ਉਹਨਾਂ ਨੂੰ ਜਿੱਤ ਗਿਆ ਹੈ, ਮਾਰ ਚੁੱਕਾ ਹੈ। ਜਿਤੇ ਸਰਨ ਜੈ ਹੈ ਤਿਤਿਓ ਰਾਖ ਲੈ ਹੈ, ਅਖੀਰ ਵਿੱਚ ਗੁਰਗੀਧਰ ਪਾਤਸ਼ਾਹ ਕਹਿੰਦੇ ਸਾਰਿਆਂ ਨੂੰ ਜਿੱਤਣ ਵਾਲਾ ਕਾਲ, ਉਹਦੇ ਕੋਲੋਂ ਕੌਣ ਬਚਦਾ ਹੈ? ਜਿਤੇ ਉਹ ਸ਼ਰਨ ਜੈ, ਜਿੰਨੇ ਉਸ ਅਕਾਲ ਪੁਰਖ ਜੀ ਦੀ ਸ਼ਰਨ ਪੈ ਜਾਣਗੇ ਉਹਨਾਂ ਨੂੰ ਉਹ ਰੱਖ ਲੈਂਦਾ ਹੈ। ਸੋ ਐਸੇ ਪਰਮੇਸ਼ੁਰ ਦੀ ਮਹਿਮਾ, ਅਨਾਦੀ ਸਰੂਪ ਅਕਾਲ ਪੁਰਖ, ਜਿੰਨੇ ਉਹਦੀ ਸ਼ਰਨ ਗਏ ਉਹਨਾਂ ਦੀ ਉਹ ਪੱਤ ਰੱਖਣ ਵਾਲਾ ਹੈ। ਭੁਜੰਗ ਪ੍ਰਿਆਤ ਛੰਦ, ਬਿਨਾਂ ਸਰਨ ਤਾਂ ਕੀ ਨਾ ਔਰੈ ਉਪਾਇਮ, ਬਿਨਾਂ ਉਸਦੀ ਸ਼ਰਨ ਤੋਂ ਹੋਰ ਕੋਈ ਵੀ ਉਪਾਏ ਤਰੀਕਾ ਨਹੀਂ ਹੈ। ਕਹਾਂ ਦੇਵ ਦੈਤੰ ਕਹਾਂ ਰੰਗ ਕਰਾਇਮ, ਕੋਈ ਦੇਵਤਾ ਕੀ ਬਚਾਏਗਾ, ਉਹ ਦੇਵਤੇ ਤਾਂ ਆਪ ਨਹੀਂ ਰਹਿੰਦੇ, ਉਹ ਦੈਂਤ ਆਪ ਨਹੀਂ ਬਚਦੇ, ਦੈਂਤ ਕੀ ਬਚਾਉਣਗੇ, ਭੂਤ ਪ੍ਰੇਤ ਕੀ ਬਚਾਉਣਗੇ, ਕੀ ਰਾਜਾ ਹੈ ਉਹ ਆਪਣੀ ਜਾਨ ਕੀ ਬਚਾਉਣਗੇ, ਰਾਜੇ ਕੀ ਕਰ ਲੈਣਗੇ, ਕੋਈ ਰੰਕ ਰਾਜਾ ਅਮੀਰ ਗਰੀਬ ਕੋਈ ਵੀ ਕੋਈ ਯਤਨ ਨਹੀਂ ਕਰ ਸਕਦਾ। ਅਤੇ ਕਾਲ ਦੇ ਸਾਹਮਣੇ ਦੇਵਤਾ ਕੀ ਹੈ ਅਤੇ ਦੈਂਤ ਕੀ ਹੈ, ਰਾਜਾ ਕੀ ਹੈ ਅਤੇ ਭਿਖਾਰੀ ਕੀ ਹੈ। ਕਹਾਂ ਪਾਤਸ਼ਾਹੰ ਕਹਾਂ ਉਮਰਾਯੰ, ਪਾਤਸ਼ਾਹ ਕੌਣ ਹੈ, ਉਮਰਾਵ ਕੀ ਹੈ, ਕਾਲ ਦੇ ਸਾਹਮਣੇ ਕੁਛ ਵੀ ਨਹੀਂ। ਬਿਨਾਂ ਸਰਨ ਤਾਂ ਕੀ ਨਾ ਕੋਟੈ ਉਪਾਇਮ, ਬਿਨਾਂ ਉਹਦੀ ਸ਼ਰਨ ਪਿਆ ਕਰੋੜਾਂ ਕੋਈ ਵੀ ਐਸੀ ਉਪਾਅ ਪ੍ਰਕਾਰ ਤਰੀਕਾ ਹੈ ਹੀ ਨਹੀਂ ਜਿਹਦੇ ਨਾਲ ਜੀਵ ਬਚ ਸਕੇ। ਜਿੱਤੇ ਜੀਵ ਜੰਤੰ ਸੋ ਦੁਨੀਆਂ ਉਪਾਇਮ, ਜਿੰਨੇ ਕੁ ਜੀਵ ਜੰਤ ਦੁਨੀਆਂ ਦੇ ਵਿੱਚ ਪੈਦਾ ਕੀਤੇ,
ਸਭਾ ਅੰਤ ਕਾਲ ਨੂੰ ਬਲੀ ਕਾਲ ਕਾਇਮ, ਸਾਰਿਆਂ ਨੂੰ ਅੰਤ ਵਿੱਚ ਅਖੀਰ ਵਿੱਚ ਬਲੀ ਕਾਲ ਨੇ ਮਾਰ ਦਿੱਤਾ। ਬਲੀ ਕਾਲ ਕਾਇਮ ਬਿਨਾਂ ਸਰਨ ਤਾਂ ਕੀ ਨਹੀਂ ਔਰ ਓਟਮ, ਬਿਨਾਂ ਅਕਾਲ ਪੁਰਖ ਜੀ ਦੀ ਸ਼ਰਨ ਤੋਂ ਹੋਰ ਕੋਈ ਓਟ ਆਸਰਾ ਨਹੀਂ। ਲਿਖੇ ਜੰਤਰ ਕੇਤੇ ਪੜ੍ਹੇ ਮੰਤਰ ਕੋਟਮ, ਜਿੰਨੇ ਵੀ ਜੰਤਰ ਲਿਖੇ ਜਾਣ, ਕਰੋੜਾਂ ਮੰਤਰ ਪੜ੍ਹੇ ਜਾਣ, ਉਹ ਸਾਰੇ ਹੀ ਫੋਕੇ ਹਨ, ਕਿਉਂਕਿ ਇੱਕੋ ਹੀ ਆਸਰਾ ਹੈ ਜੀਵ ਵਾਸਤੇ, ਉਹ ਅਕਾਲ ਪੁਰਖ ਜੀ ਦੀ ਸ਼ਰਨ, ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਬਚਨ, ਉਸ ਦੀ ਸ਼ਰਨ ਦੀ ਮਹਿਮਾ ਸਤਿਗੁਰੂ ਸਾਹਿਬ ਜੀ ਨੇ ਕੀਤੀ ਹੈ। ਮਹਾਰਾਜ ਦਇਆ ਕਰਨ, ਜੋ ਅਗਲੇ ਛੰਦ ਹਨ, ਨਾਰਾਜ਼ ਛੰਦ ਆਰੰਭ ਹੋ ਰਿਹਾ ਹੈ, ਅਗਲੇ ਸਮੇਂ ਬਾਣੀ ਸਰਵਣ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖਿਮਾ ਕਰਿਓ। ਬਿਨਾਂ ਸਰਨ ਤਾਂ ਕੀ ਨਹੀਂ ਔਰ ਓਟਮ, ਲਿਖੇ ਜੰਤਰ ਕੇਤੇ ਪੜ੍ਹੇ ਮੰਤਰ ਕੋਟਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਰਾਮ ਕਰੀ ਮਹੱਲਾ ਤੀਜਾ। ਓਂਕਾਰ ਸਤਿਗੁਰੂ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤੋਂ ਪਾਇਆ ਚਾਹੇ ਸਿੱਖ। ਮਨ ਵਜੀਆਂ ਵਾਧਾ ਆਈਆਂ, ਰਾਗ ਤੋਂ ਪ੍ਰਭਾਵ ਪਈਆਂ, ਸ਼ਬਦ ਗਾਵਣ ਆਈਆਂ, ਸ਼ਬਦ ਤਾਂ ਗਾਵਣੀ ਫੇਰਾ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਹੋਆ, ਨਾਲੇ ਹਰ ਨਾਲੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ।